हां जी हां जी हां जी, जमा सही पढ़िया थोने, वीजा आ गया मित्रो, आ गया। ते जेड़े थोड़े जे दुखी होए ने उन्हें दसदा, बाले दुखी ना होवो, मेरा वीजा नहीं आया हैगा, वीजा आया सरजिंदर दा। सो थोड़ियां अरदासां हजे कायम ने, टेंशन ना लो, मैं इत्थे आ किते नहीं जांदा हजे मैं। ते बाकी अज दा ब्लॉग आपां कर दिंदे आ स्टार्ट, बस सरजिंदर कोल चल के उत्थे ही करदे आ स्टार्टिंग फिर ब्लॉग दी। हाँ जमा चुपरा तेरी खुशी है, हूँ कम बस लवी लग गया गभरू का, दिहाड़ियाँ लवे ने हूँ। सच पहले ब्लॉग शुरू कर दिया। सत श्री अकाल जी, बहुत बहुत स्वागत है थोड़ा अपने अज के ब्लॉग के। अब थोड़ा आप दस दिता सुखिंदर का आ गया वीजा, तो हूँ आप पहला एजेंट को जाके गभरू का पासपोर्ट लेके आने गे, तो उस बाद शॉपिंग शूपिंग स्टार्ट करा फिर। तो पहला मुंडा कहना मैं दाढ़ी दूढ़ी कटा ला, कहना फिर सोहनी जी फोटो खिंचा होंगे ना दाढ़ी कटा के जाके पासपोर्ट लैन वे। ये बिंगी ओ यार हूँ तेरिया बई कुंडिया मुछा है अखा च बढ़ दी ना, फिर मुड़ के जाके वह ता करके कटाउनिया ने सही। चल हाँ बई कटाओ कटाओ तुम भाई, हूँ जुके वाले भाई हूँ तुम आहो आहो ठीक है ठीक है। ਇੱਧਰੋਂ ਆ ਗਿਆ ਗੱਭਰੂ, ਕਹਿੰਦੇ ਬਣ ਕੇ ਜੈਂਕੂ, ਹੁਣ ਪੂਰਾ ਇੱਧਰ ਮੂੰਹ ਦਾ ਦਿਖਾ ਦੇ, ਬਾਲ ਬੂਲ ਕਰਕੇ ਖੜੇ। ਤੇ ਬਸ ਹੁਣ ਚੱਲਦੇ ਹਾਂ ਪਹਿਲਾਂ ਏਜੰਟ ਕੋਲ, ਪਾਸਪੋਰਟ ਲੈ ਲਈਏ, ਫਿਰ ਦੇਖਦੇ ਹਾਂ ਅੱਗੇ ਕੀ ਕਰਨਾ। ਸਟਿੱਕਰ ਇੱਕ ਸਟਿੱਕਰ ਤੇ ਕਿੰਨੀ ਪਕਾਈ ਕਰਾਤੀ ਓਏ, ਪੈਸੇ ਬਹੁਤ ਵਾਰ ਇੱਕ ਸਟਿੱਕਰ ਨੂੰ ਤੂੰ ਤਾਂ ਹੀ ਤਾਂ ਕਹਿੰਦਾ ਸਟਿੱਕਰ ਪੱਟ ਦੇ, ਸਿੱਧਾ ਤਾਂ ਨਾਂ ਦੇ ਟੁੱਟੇ ਕਰ। ਚੱਲ ਕੋਈ ਨਹੀਂ, ਇੱਥੇ ਕਿੰਨੀ ਜਗ੍ਹਾ ਪਈ ਆ, ਤਾਂ ਉਹ ਹੈ ਨਹੀਂ, ਹੋ ਜਾਂਦਾ ਬੱਚੇ ਨੇ ਸਿਖਾ ਦਾਂ ਕੋਈ ਨਾ। ਲੈ ਵੀ ਸੱਜਣਾ ਰਾਜਾ ਆ ਗਿਆ, ਮਿਲ ਗਿਆ ਕਹਿੰਦੇ ਅੱਜ ਚੋਬਰ ਨੂੰ ਪਾਸਪੋਰਟ, ਤੇ ਬਸ ਹੁਣ ਹਾਏ ਦੇਖ ਯਾਰ ਕੀ ਜਿੰਦਰ ਯਾਰ ਕੀ, ਤੈਨੂੰ ਫੀਲ ਜਿਹਾ ਨਹੀਂ ਹੋ ਰਿਹਾ ਕੋਈ ਸਿਰ ਵੀ ਮੈਂ ਜਾ ਰਿਹਾ, ਤੂੰ ਵਿਛੜ ਰਿਹਾ ਯਾਰ ਮੇਰੇ ਤੋਂ, ਦੱਸ ਹੈ ਲੈ ਵਿਛੜਨ ਦਾ ਡੱਬਾ ਵੀ ਨਹੀਂ ਹੈਗਾ। ਹਾਂ ਮੈਨੂੰ ਪਤਾ ਹੈਗਾ, ਕੀ ਪਤਾ ਤੈਨੂੰ, ਬਸ ਕੁਛ ਕੁ ਘੰਟੇ ਦਾ ਫਰਕ ਹੋਊਗਾ, ਪਤਾ ਓਹੋ ਘੰਟਿਆਂ ਦਾ, ਦਿਨਾਂ ਦਾ ਵੀ ਨਹੀਂ ਘੰਟਿਆਂ ਦਾ, ਘੰਟੇ ਪੁੱਠੇ ਕਰਕੇ ਗਿਣਨੇ ਨੇ। ਠੀਕ ਹੈ ਭਾਈ, ਵੀ ਚੱਲ ਜਦੋਂ ਜੀ ਕਰਿਆ ਮਿਲੇ ਆਇਆ ਕਰਾਂਗੇ ਹੈਂ, ਹੋਰ ਚੱਲ ਕੋਈ ਗੱਲ ਨਹੀਂ, ਹੁਣ ਤਾਂ ਐ ਵੀ ਨਹੀਂ ਤੂੰ ਮਿਸ ਮਾਰ ਜਾਏਗਾ। ਆਹੋ ਆਹੋ, ਕੈਨੇਡਾ ਦੀ ਆਸਟ੍ਰੇਲੀਆ ਦੇ ਜਾਊਂਗਾ, ਆਸਟ੍ਰੇਲੀਆ ਕਿੱਥੇ ਆਏਗਾ ਨਾ ਯਾਰ, ਮੈਂ ਤਾਂ ਕੈਨੇਡਾ ਜਾਊਂਗਾ ਯਾਰ, ਤੇਰੇ ਪੈਸੇ ਪਟਾਤੇ ਮੈਨੇ, ਹੁਣ ਜਿੱਥੇ ਜਾਣਾ ਜਾ, ਨਹੀਂ ਜਾਣਾ ਨਾ ਜਾ, ਹੁਣ ਤਾਂ ਤੈਨੂੰ ਉੱਥੇ ਜਾਣਾ, ਹਾਂ ਤਾਂ ਮੈਂ ਕੈਨੇਡਾ ਜਾਊਂਗਾ ਯਾਰ, ਵਗ ਜਾ। ਚੱਲ ਠੀਕ ਆ, ਤੇਰੀ ਮਰਜ਼ੀ, ਫਿਰ ਮੈਂ ਤੇਰੇ ਕੋਲ ਆਇਆ ਕਰਾਂ, ਫਿਰ ਮੈਂ ਟੂਰਿਸਟ ਵੀਜ਼ੇ ਤੇ ਹਨਾ, ਫਿਰ ਮੈਂ ਕਰਿਆ ਕਰੂੰ ਨਾ ਕੈਨੇਡਾ ਤੋਂ ਇੰਡੀਆ ਆਉਣ ਵੇਲੇ, ਫਿਰ ਮੈਂ ਆਇਆ ਕਰੂੰਗਾ ਵੀ ਭਾਈ ਮੇਰੀ ਸਟੇ ਭਾਈ ਮੇਰੀ ਯੂਕੇ 'ਚ ਰੱਖਣੀ ਆ, ਜਿੱਥੇ ਮਰਜ਼ੀ ਜਾ, ਜਿਹੜੇ ਤੇਰੇ ਮੈਂ ਪੈਸੇ ਪਟਾ ਦੇ ਉਹ ਤੈਨੂੰ ਨਹੀਂ ਜਾਣ ਦਿੰਦੇ ਕਿਤੇ, ਹੋਰ ਕੇਰਾ ਤੈਨੂੰ ਫਸਾ ਦੇ, ਤੇਰੇ ਹੱਥ ਫੜਾ ਦੇ ਆਉਂਗੇ ਓਏ, ਹੁਣ ਮੈਨੂੰ ਹੌਸਲਾ ਨਹੀਂ, ਮੈਂ ਤਾਂ ਕੰਗਾਲ ਕਰ ਰੱਖਿਆ ਤਾਂ ਮੇਰੇ ਬਟੂ 'ਚ, ਮੈਂ ਕਹਿੰਦਾ 100 ਰੁਪਇਆ ਮਸਾਂ ਆਊ ਅੱਜ, ਜਿਹੜੇ ਤਾਂ ਮੇਰੇ ਹਾਲਾਤ ਕਰ ਰੱਖੇ ਨੇ, ਮੇਰੇ ਵੀ ਇਹੀ ਨੇ ਫਿਰ, ਨਹੀਂ ਤੂੰ ਤਾਂ ਯਾਰ ਰਿਚ ਆ ਨਾ ਬਾਈ, ਹੁਣ ਕਾਹਦੇ ਨਾਲ ਰਿਚ ਆ, ਇਹਦਾ ਸਟੈਂਪ ਲਾ ਸਟicker ਲੱਗਿਆ ਹੋਇਆ ਇਧਰ ਦਾ ਦੇਖ ਲਾ, ਸਟicker ਆ ਮੇਰੇ ਲਈ, ਮੇਰੇ ਪੱਲੇ ਵੀ ਸਟicker ਹੀ ਆ ਗੱਲਾਂ, ਹੋਰ ਕੁਝ ਨਹੀਂ ਹੈਗਾ। ਚੱਲ ਕੋਈ ਨਹੀਂ ਕੋਈ ਨਹੀਂ, ਖੂ ਖਾਤੇ ਸਾਰੇ ਖਾ, ਹੁਣ ਲਵਲੀ ਨੂੰ ਚੱਕੀ ਚੱਲ ਕੇ ਪਹਿਲਾਂ, ਹਾਂ ਲਵਲੀ ਉਹ ਮੈਨੂੰ ਬਾਬੂ ਨੂੰ, ਮੈਂ ਵੀ ਕਰ ਲੈ ਪਿੱਕ ਗੱਭਰੂ ਲਵਲੀ ਉਧਰ ਪੱਕਾ ਨੋ ਕੀ ਬਾਬਾ ਸੱਚੇ ਰ ਸ੍ਰੀ ਸਰਦਾਰ ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਜੀ ਆ ਗਿਆ, ਆ ਫਸਦਾ ਫਿਰਦਾ ਜਿੱਦਾਂ ਤਾਰਾਂ ਦੂਰਾਂ ਚ ਲਵਲੀ ਨੂੰ ਕਹਿ ਰਿਹਾ ਬਾਬੂ ਨੂੰ ਕਹਿ ਨਜ਼ਰ ਲਾ ਦੇਣਗੇ, ਮਤਲਬ ਕੀ ਤਰ੍ਹਾਂ ਕਹਿ ਦਿੰਦਾ, ਨਹੀਂ ਤਾਂ ਕਿਹਾ ਤਾਂ ਹੀ ਆ ਵੀਰੇ ਦੇਖ ਯਾਰ, ਤਿੰਨੇ ਭਾਈ ਹੋ ਯਾਰ, ਹਾਂ ਨਾ ਹੁਣ ਤਾਂ ਤੂੰ ਕੁਛ ਮਰਜ਼ੀ ਕਹਦੇ ਦੇਖ ਯਾਰ, ਮਤਲਬ ਕਈ ਵੱਜ ਗਈ, ਹਾਂ ਮਿੰਤ ਵਾਲੀ ਗੱਲ ਆ ਯਾਰ, ਕੋਈ ਮਿੰਤ ਵਾਲੀ ਗੱਲ ਆ, ਫਿਰ ਸੌਰੀ, ਹੋਰ ਤਾਂ ਕਿਸੇ ਨੂੰ ਪਤਾ ਨਹੀਂ, ਵੀਡੀਓ ਆਪਣੇ ਸਾਹਮਣੇ ਹੀ ਬਣ ਰਹੀ ਹੈ, ਚਰਨ ਦੀ ਬਸ ਵੀ ਹਲ ਤਾਂ ਜਦ ਡਿੱਗੂਗੀ ਡ੍ਰੌਪ ਹੋਊਗੀ, ਉਹਨੂੰ ਤਾਂ ਤੁਹਾਨੂੰ ਜਹਾਜ਼ ਚਾੜ ਦੇਣੇ ਤਾਂ ਡ੍ਰੌਪ ਹੋਊਗੀ, ਸ਼ਾਮੀ ਥੋੜੀ ਡ੍ਰੌਪ ਹੋਣੀ ਹੈ, ਇਹ ਤਾਂ ਐ ਨਹੀਂ ਪਤਾ 31 ਨੂੰ ਸ਼ਾਮ ਨੂੰ ਪਾਈਏ ਆਪਾਂ ਜਾਂ 1 ਨੂੰ ਪਾਈਏ, ਜਦੋਂ ਤਾਂ ਲੰਘ ਗਿਆ ਠੀਕ ਆ, ਹਾਂ ਬਾਬੇ ਆਇਆ ਹੋਇਆ ਠੀਕ ਆ, ਹਾਂ ਹਾਂ ਵੀਜ਼ਾ 32 ਨੂੰ ਵਗਣੀ ਹੈ, 32 ਨੂੰ ਵਗਣੀ ਹੈ, ਤੂੰ ਟਿਕਟ ਵੀ ਕਰਾਈ ਹੈ 32 ਤਰੀਕ ਦੀ, 32 ਦੀ ਕਰਾਈ ਹੋਈ ਆ, ਬਸ ਬਸ 32 ਨੂੰ ਸਵੇਰੇ ਦੀ, ਹੁਣ ਆਪਾਂ ਪਹੁੰਚ ਗਏ ਇਧਰ ਤਨੌਲੇ, ਉਹ ਯਾਰ ਹੰਡਾਈ ਚੱਲ ਕੇ ਮਿਲਦੇ ਨੇ, ਪਹਿਲਾਂ ਤਾਂ ਛੜੀ ਦਾੜੀ ਮੁੱਛ ਜਾਦੇ ਦੀ, ਮੈਂ ਕਹਿੰਦਾ ਜਾਦੇ ਚ ਕਾਤੀ ਕੰਮ ਬੁੱਲ ਜਾ ਅੱਡੇ ਦੀ ਕੀ ਆ, ਓਏ ਮੈਨੂੰ ਕਹਿੰਦਾ ਕਹਿੰਦਾ ਯਾਰ ਬਾਬੇ
ਫੀਲ ਤਾਂ ਕਹਿੰਦਾ ਮੈਨੂੰ ਖਾਸਾ ਹੋ ਰਿਹਾ ਕਹਿੰਦਾ ਮੁੱਛਾਂ ਕਟਾ ਕੇ ਜਦੋਂ ਕਹਿੰਦਾ ਤੂੰ ਕਟਾਉਣਾ ਤੈਨੂੰ ਤਾਂ ਖਾਸ ਹੀ ਲੱਗਦਾ ਹੋਊਗਾ ਸਾਲਾ ਮਾਤਰੇ ਆਈਆਂ ਕਦੋਂ ਦੀ ਕਟਾ ਉਹ ਜਿਹੜੇ ਹੈਗੇ ਜਦੋਂ ਗਿਣਦੇ ਆਂ ਦੀ ਚਾਰ ਤਾਂ ਬਾਲਦੀ ਗੇ ਪਈਆ ਉਹ ਨਹੀਂ ਕੱਲ ਦੀ ਹਾਂ ਆ ਦੇਖ ਇਹਦੀ ਮੁੱਛ ਦੇਖ ਇਧਰ ਅਮਰਤ ਮਾਨ ਨੂੰ ਦੇਖੋ ਫਿਰ ਸਹੀ ਗੱਲ ਆ ਅਰੇ ਓਏ ਨਿੰਬੂ ਕੱਢਦਾ ਇਹ ਯਾਰ ਤੇ ਤਾਂ ਲਾ ਕੀ ਲਾ ਵਾਲੀ ਤੂੰ ਤਾਂ ਠੀਕ ਆ ਤੂੰ ਬੰਦਾ ਪਰ ਕਮੈਂਟ ਦੇ ਤੇ ਭੈੜੀ ਪੈਂਦਾ ਅਮਰਤ ਮਾਨ ਆਊਟਲੈਟ ਤੇ ਆ ਗਏ ਪਹਿਲਾਂ ਸੀਕੇ ਚੱਲਦੇ ਹਾਂ ਦੇ ਤੋਂ ਬਾਅਦ ਤਾਂ ਗੱਭਰੂ ਨੂੰ ਕੱਪੜੇ ਕੱਪੜੇ ਜੇ ਕਰਾਉਣੇ ਫਿਰ ਕੀ ਹਾਲ ਆ ਵੀਰੇ ਕੀ ਲੈਣਾ ਓਏ ਤੂੰ ਦੱਸਿਆ ਹੋਇਆ ਸਾਰਾ ਆਪਦਾ ਮੇਰੀ ਗੱਲ ਸੁਣਨਾ ਜਿਵੇਂ ਜਵਾਕ ਹੀ ਨਹੀਂ ਕਰਦੇ ਵੀ ਆਹ ਚੀਜ਼ ਲੈਣੀ ਆ ਉਹ ਚੀਜ਼ ਲੈਣੀ ਆ ਹੁਣ ਤਾਂ ਤੂੰ ਵੀ ਬਸ ਬਾਅਦ ਪੈ ਜਾ ਕਰਾਂ ਸਾਡੇ ਬਸ ਵੀ ਆਹ ਵੀ ਦਬਾ ਦਿਓ ਮੈਨੂੰ ਉਹ ਵੀ ਦਬਾ ਦਿਓ ਹਾਂ ਕਿਉਂਕਿ ਹੁਣ ਬਸ ਤੈਨੂੰ ਅਸੀਂ ਹੁਣ ਹੁਣੇ ਕੱਪੜੇ ਦਵਾਉਣੇ ਫਿਰ ਤੈਨੂੰ ਫੋਨ ਕਰਿਆ ਕਰਾਂਗਾ ਇੰਨੇ ਕੁ ਪਾਉਂਡ ਭੇਜ ਦਿਓ ਤੂੰ ਭਾਲਦਾ ਕੀ ਹੈ ਦੋ ਘੰਟੇ ਹੋ ਗਏ ਫਿਰ ਆਉਂਦੇ ਨੇ ਸਾਨੂੰ ਦੋ ਘੰਟੇ ਫਿਰ ਇੱਕ ਝੋਲਾ ਲਿਆ ਇਹ ਵੀ ਦਿਖਾ ਨੀ ਸਕਦੇ ਕੀ ਲਿਆ ਲਵਲੀ ਮੇਰੀ ਗੱਲ ਸੁਣ ਲਾ ਚਾਹੇ 10,000 ਦੀ ਚੀਜ਼ ਮਿਲੇ ਬਸ ਬਾਈ ਨੂੰ ਪਸੰਦ ਆਵੇ ਦੱਸਾਂਗੇ ਮਤਲਬ ਚੀਜ਼ ਪਸੰਦ ਆਵੇ ਚਾਹੇ ਕਿੰਨੀ ਮਰਜ਼ੀ ਮਹਿੰਗੀ ਹੋਵੇ ਹਾਂ ਕਿੱਧਰਲੇ ਪਾਸੇ ਚੱਲ ਪਈ ਹੋਰ ਅਸੀਂ ਇੱਧਰ ਚੱਲ ਇੱਧਰ ਰੋ ਕਿਉਂ ਰਿਹਾ ਤੂੰ ਮੈਨੂੰ ਦੱਸ ਦੇ ਚਾਰ ਚੀਜ਼ਾਂ ਗੁਪਤੀ ਬਸ 4:23 ਹੋ ਗਏ ਅਸੀਂ ਤੜਕੇ ਤੇ ਫਿਰਦੇ ਆਂਗੇ ਹੁਣ ਤੇ ਹੁਣ ਆਇਆ ਸੁਨਾਮ ਇੱਥੇ ਲਵਲੀ ਲੈ ਕੇ ਆਇਆ ਸਾਨੂੰ ਆਪਦਾ ਬੂਥਾ ਦਿਖਾ ਦਿਓ ਮਾੜਾ ਜਾ ਲਵਲੀ ਲੈ ਕੇ ਆਇਆ ਹੁਣ ਦੇਖ ਦੇਗੇ ਵੀ ਲਵਲੀ ਦੀ ਪਸੰਦ ਦੀ ਜਿਹੜੀ ਦੁਕਾਨ ਆ ਇੱਥੇ ਸਾਨੂੰ ਉੱਥੇ ਕੋਈ ਚੱਜ ਦਾ ਮਿਲਦਾ ਜਿੰਦਰ ਨੂੰ ਕੁਛ ਪਸੰਦ ਆਉਂਦਾ ਨਹੀਂ ਫਿਰ ਜਾਂਦੀ ਵਾਰ ਤੈਨੂੰ ਭਾਨੀ ਜਿਹੜੇ ਸੱਟਣ ਵਾਲੇ ਜਾ ਕੇ ਵੀ ਜਿਹੜਾ ਕੁਛ ਮਿਲਦਾ ਉਹ ਚੱਕ ਲੈ ਇੱਥੋਂ ਭਾਨੀਗੜ ਤੋਂ ਫਿਰ ਲਾਸਟ ਆ ਲਾਸਟ ਆ ਜਾਓ ਅੰਤ ਉੱਥੇ ਕਿਹੜੇ ਕਿਹੜੇ ਕਿਹਦੇ ਲੈਣ ਭਾਨੀਗੜ ਤੋਂ ਭਾਨੀਗੜ ਜਿੰਦਰ ਸਾਹਿਲ ਤੋਂ ਸਾਹਿਲ ਉਹ ਪਹਿਲਾਂ ਮਿਲਦੇ ਉਹ ਨਹੀਂ ਫਿਰ ਆਇਆ ਕਰ ਸਵੇਰੇ ਯਾਰ ਤੁਸੀਂ ਜਾਣਾ ਚੰਡੀਗੜ੍ਹ ਹਨਾ ਉਹ ਨਹੀਂ ਆਏ ਕਰ ਫਿਰ ਉਹ ਹੈ ਨਾ ਪਟਿਆਲੇ ਵਿੱਚ ਜਿਹੜੀ ਹੋ ਕੇ ਲੰਘੇ ਸਵੇਰੇ ਸੰਡੇ ਹੀ ਹੈ ਲੋੜ ਹੀ ਨਹੀਂ ਮੈਂ ਕਹਿੰਦਾ ਬਾਬਾ ਹਾਂਜੀ ਇਹਨੂੰ ਉੱਥੇ ਲੈ ਜਾਣਗੇ ਵਿਸ਼ਾਲ ਮਾਰਟ ਤੇ ਲੈ ਜਾਣੀ ਇਹਨੂੰ ਮੈਂ ਕਹਿੰਦਾ ਹਾਂ ਗੱਲ ਪੱਕੇ ਜਾਂਦੀ ਬਾਰ ਰਜਿੰਦਰ ਇੱਥੋਂ ਕਿੱਧਰ ਜਾਣਾ ਵਿਸ਼ਾਲ ਤੇਰੇ ਹੱਥ ਰਾਈਟ ਹਾਂ ਇੱਧਰ ਇੱਧਰ ਮੁੜਿਆ ਗੱਡੀ ਵੀ ਦੇਖ ਲਓ ਹਟ ਗਈ 1600 ਰੁਪਏ ਦੇ ਸਨਾਮ ਵੀ ਤਾਰਦਾ ਗੱਭਰੂ ਨੇ ਰੱਖ ਯਾਰ ਤੂੰ ਰੱਖ ਕਰਾਂ ਮੇਰਾ ਵੱਡਾ
ਅਸੀਂ ਬੱਜੂ ਚੱਲ ਕਰਾਂ ਨਹੀਂ ਠੀਕ ਧੀਰ ਤਾਂ ਆਖਿਰਕਾਰ ਤੜਕੇ ਦੇ ਫਿਰਦੇ ਨੇ ਹੈ ਆਹ ਜਿੰਦਰਾ ਪਹਿਲੀ ਦੁਕਾਨ ਜਿੱਥੋਂ ਖੁਸ਼ ਜਾਓਗੇ ਨਿਕਲੇ ਹਨਾ ਓਏ ਚੱਲ ਕੋਈ ਨੀ ਦੇਖ ਲੈ ਚੱਲ ਕੇ ਸੈਂਪਰ ਦੀ ਪਸੰਦ ਰਹਿੰਦੀ ਹਜੇ ਇੱਕ ਉਹਦੇ ਕਰਕੇ ਨੀ ਬੜਾ ਧੱਕਾ ਕਰਿਆ ਜਿਹਨੇ ਚੱਲ ਚੱਲਦੇ ਆ ਕਰਾਂ ਉਹ ਮੈਨੂੰ ਆਏ ਹਾਂ ਮੈਂ ਕਿਹੜਾ ਜਾ ਗੇੜਾ ਮਾਰ ਆਈਏ ਦੇਖ ਉਹਨਾਂ ਕੋਲੇ ਮੇਰਾ ਮਾਣਾ ਬਸ ਚੱਲਦੇ ਆ ਮੈਰੂ ਵਾਲੀ ਬਾਲੀ ਸੋਹਣੀ ਲੱਗੀ ਬਾਈ ਨੂੰ ਉਹ ਬਾਈ ਨੇ ਦਲੇ ਕੁਝ ਦਿੱਤਰਾ ਜੋ ਤਾਂ ਲਓ ਜੀ ਉੱਤਰ ਹੁਣ ਆਪਾਂ ਕੇ ਜੀ ਧੂਰੀ ਆ ਜਾ ਕਰਾਂ ਮੈਂ ਕਰਾਂ ਹੁਣ ਇਹਨੂੰ ਦਬਾਉਣਾ ਸਾਰਾ ਸਮਾਨ ਜਿੰਨਾ ਜੁੰਨਾ ਜੀ ਸਣੀ ਦੇ ਤੇ ਸਰ ਜਿਹੜੀ ਭਕਾਈ ਕਰਕੇ ਪਹੁੰਚ ਗਏ ਇੱਥੇ ਕੁਛ ਕਰਨਾ ਨੀ ਹੈਗਾ ਸੋ ਬਸ ਬਹੁਤ ਆਪਣੀ ਅੱਜ ਖਾਤਰ ਪਕਾਈ ਇਹ ਤੇ ਬਸ ਬਲੌਗ ਵੀ ਮੈਂ 9-10 ਮਿੰਟ ਦਾ ਨਹੀਂ ਪਤਾ ਟੱਪ ਗਿਆ ਹੋਵੇ ਬਾਹਲੇ ਵੱਡੇ ਬਲੌਗ ਬਣਾ ਕੇ ਵੀ ਕੀ ਕਰਨ ਤਾਂ ਕਰਕੇ ਆਪਾਂ ਬਲੌਗ ਨੂੰ ਵੀ ਐਂਡ ਕਰ ਦਿੰਦੇ ਹਾਂ ਚੱਲ ਵੀ ਬੀਜਾ ਗੱਭਰੂ ਕਰਦੇ ਐਂਡ ਕਹੇ ਤਾਂ ਦੇ ਯਾਰ ਕੀ ਕਹਾਂ ਲਾਈਕ ਐਂਡ ਫੋਲੋ ਹਾਂ ਕੀ ਹੁੰਦਾ ਫੋਲੋ ਤਾਂ ਨਹੀਂ ਹੁੰਦਾ ਲਾਈਕ ਤੇ ਸਬਸਕ੍ਰਾਈਬ ਹੁੰਦਾ ਮੈਂ ਕਿਹੜਾ ਲਾਈਕ ਕਰ ਦੋ ਕਮੈਂਟ ਕਰ ਦੋ ਤੇ ਸਬਸਕ੍ਰਾਈਬ ਕਰ ਦੋ ਬਾਕੀ ਹੁਣ ਕੋਈ ਵੀਜ਼ਾ ਆਗਾ ਤਾਂ ਕਰਕੇ ਸਬਸਕ੍ਰਾਈਬਰ ਵੱਧ ਵੱਧ ਹਾਂ ਬੈਲ ਲਾਈਕਨ ਵੀ ਦੱਬ ਦਿਓ ਬਾਈ ਬਣ ਕੇ ਹਾਂ ਮਿਲਾਂਗੇ ਹੁਣ ਅਗਲੇ ਵਲੌਗ ਚ ਚਲ ਵੀ ਚੰਗਾ ਜੀ ਹੋਇਆ ਟਾਟਾ।